ਸਤ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਹ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਜੇ ਸੋ ਇਸ ਚੈਨਲ ਦੇ ਉੱਤੇ ਪੀਐਸਟ ਸੀਟਟ ਮਾਸਟਰ ਜੇਡਰ ਐਨਟੀਟੀ ਦੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਪ ਸੱਜੇ ਸੈਸ਼ਨ ਦੇ ਵਿੱਚ ਜੀਓਗ੍ਰਾਫੀ ਆਫ ਪੰਜਾਬ ਦਾ ਚੌਥਾ ਪਾਰਟ ਜਿਹੜਾ ਆਪਾਂ ਡਿਸਕਸ ਕਰਾਂਗੇ ਜੋ ਤੁਹਾਨੂੰ ਮਾਸਟਰ ਗ੍ਰੇਡਰ ਐਨਟੀਟੀ ਪਟਵਾਰੀ ਪੀਐਸਟੇਟ ਪੰਜਾਬ ਪੁਲਿਸ ਪੀਐਸਪੀਸੀਲ ਐਗਜ਼ਾਮ ਦੇ ਲਈ ਹੈਲਪਫਲ ਰਹੂਗਾ ਅਤੇ 25 ਐਮਸੀਕਿਊ ਆਪਾਂ ਡਿਸਕਸ ਕਰਾਂਗੇ ਜੋ ਤੁਹਾਨੂੰ ਬਹੁਤ ਹੈਲਪਫਲ ਰਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣੀਆਂ ਸੋ ਗਰੁੱਪ ਇਹ ਦੇ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਕਿਸੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇ ਰਹੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਹੁੰਦੇ ਨੇ ਉਹ ப்ਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਇੱਕ ਜ਼ਰੂਰੀ ਸੂਚਨਾ ਹੈ ਕਿ ਕੱਲ ਜਿਹੜੀ ਕਲਾਸ ਹੈ ਉਹ ਆਫ ਰਹੇਗੀ ਬਟ ਬੁੱਧਵਾਰ ਜਣਕੀ ਕਲਾਸ ਜਿਹੜੀ ਉਹ ਕੰਟੀਨਿਊ ਲਾਈਵ ਰਹੇਗੀ ਓਕੇ ਜੀ ਸੋ ਆਇ ਦਾ ਫਸਟ ਕੁਐਸਚਨ ਹੈ ਜੀ ਪੰਜਾਬ ਨੂੰ ਕਿੰਨੇ ਮੈਦਾਨੀ ਖੇਤਰਾਂ ਦੇ ਵਿੱਚ ਵੰਡਿਆ ਗਿਆ ਹੈ ਸੋ ਮੈਦਾਨਾਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਕਿੰਨੇ ਭਾਗ ਜਿਹੜੇ ਉਹ ਡਿਵਾਈਡ ਕੀਤੇ ਗਏ ਨੇ অপਸ਼ਨ 1 ਹੈ ਚਾਰ ਭਾਗ অপਸ਼ਨ 2 ਹੈ ਤਿੰਨ ਭਾਗ অপਸ਼ਨ 3 ਹੈ ਦੋ ਭਾਗ ਅਤੇ অপਸ਼ਨ 4 ਹੈ ਪੰਜ ਭਾਗ ਤਾਂ ਪੰਜਾਬ ਦੇ ਵਿੱਚ ਅਗਰ ਜੋ ਪਲੇਨ ਏਰੀਆ ਹੈ ਜਿਸ ਦੇ ਵਿੱਚ ਐਗਰੀਕਲਚਰ ਜਿਹੜੀ ਉਹ ਕੀਤੀ ਜਾ ਸਕਦੀ ਹੈ ਸੋ ਉਸ ਨੂੰ ਤਕਰੀਬਨ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਤੋਂ ਮਾਲਵਾ ਮਾਝਾ ਦੁਆਬਾ ਸਹਿਤ ਤਿੰਨ ਖੇਤਰ ਜਿਹੜੇ ਨੇ ਪੰਜਾਬ ਦੇ ਜੋ ਮੈਦਾਨੀ ਖੇਤਰਾਂ ਦੇ ਅਧੀਨ ਆਉਂਦੇ ਨੇ ਸ ਇਹਨਾਂ ਨੂੰ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਨੈਕਸਟ ਹੈ 77 ਨੰਬਰ ਮਾਝਾ ਖੇਤਰ ਦੇ ਅਧੀਨ ਕਿੰਨੇ ਜ਼ਿਲ੍ਹੇ ਆਉਂਦੇ ਨੇ ਸ ਆਪਸ਼ਨ 1 ਹੈ 4 ਆਪਸ਼ਨ 2 ਹੈ 5 ਆਪਸ਼ਨ 3 ਹੈ 7 ਅਤੇ ਆਪਸ਼ਨ 4 ਹੈ 10 ਰਾਈਟੈਸਟ ਆਨਸਰ 4 ਸੋ ਪੰਜਾਬ ਦਾ ਮਾਝਾ ਖੇਤਰ ਸੋ ਪੂਰੇ ਪੰਜਾਬ ਨੂੰ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਸੋ ਇਹਨਾਂ ਦੇ ਵਿੱਚ ਉਹ ਪਹਿਲਾ ਮਾਝਾ ਆ ਜਾਂਦਾ ਹੈ ਠੀਕ ਹੈ ਫਿਰ ਦੂਸਰਾ ਦੁਆਬਾ ਆ ਜਾਂਦਾ ਹੈ ਤੀਸਰਾ ਜਿਹੜਾ ਹੈ ਉਹ ਮਾਲਵਾ ਆ ਜਾਂਦਾ ਹੈ ਓਕੇ ਤੇ ਤਿੰਨ ਖੇਤਰ ਨੇ ਜੋ ਪਹਿਲਾ ਬੰਦ ਅਸੀਂ ਸੋ ਮਾਝਾ ਖੇਤਰ ਦੇ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਜਿਹੜੇ ਆ ਉਹ ਇਨਕਲੂਡ ਨੇਗੇ ਨੈਕਸਟ ਹੈ ਮਾਝਾ ਖੇਤਰ ਦੇ ਕਿਹੜੇ ਦਰਿਆਵਾਂ ਦੇ ਵਿਚਕਾਰ ਸਥਿਤ ਹੈ অপਸ਼ਨ ਏ ਹੈ ਬਿਆਸ ਅਤੇ ਸਤਲੁਜ অপਸ਼ਨ 2 ਹੈ ਰਾਵੀ ਅਤੇ ਸਿੰਧ অপਸ਼ਨ 3 ਹੈ ਸਤਲੁਜ ਤੇ ਕਗਰ ਅਤੇ অপਸ਼ਨ 4 ਹੈ ਰਾਵੀ ਅਤੇ ਬਿਆਸ ਇਹ ਕਾਫੀ ਇੰਪੋਰਟੈਂਟ ਹੈ ਕੁਐਸਚਨ ਠੀਕ ਹੈ ਸੋ ਇਸ ਨੂੰ ਪਲੀਜ਼ ਯਾਦ ਰੱਖਣਾ ਕਿਉਂਕਿ ਦਰਿਆਵਾਂ ਦੇ ਵਿਚਕਾਰਲਾ ਖੇਤਰ ਅਕਸਰ ਪੁੱਛ ਲਿਆ ਜਾਂਦਾ ਹੈ ਕਿ ਕਿਹੜਾ ਜ਼ਿਲ੍ਹਾ ਕਈ ਵਾਰ ਮਾਜਾ ਦੁਆਬਾ ਨਹੀਂ ਪੁੱਛਦੇ ਜ਼ਿਲ੍ਹਾ ਪੁੱਛ ਲੈਣੇ ਹੁੰਦੇ ਨੇ ਤੇ ਇਸ ਲਈ ਤੁਸੀਂ ਇਸ ਚੀਜ਼ ਨੂੰ ਧਿਆਨ ਰੱਖਣਾ ਕਿ ਮਾਜੇ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਨੇ ਕਿ ਮਾਲਵੇ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਨੇ ਔਰ ਦੁਆਬੇ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਨੇ ਤਾਂ ਮਾਜਾ ਖੇਤਰ ਦੇ ਵਿੱਚ ਕਹਿ ਸਕਦੇ ਆਂ ਕਿ ਇਹਨਾਂ ਦੇ ਵਿੱਚੋਂ ਰਾਵੀ ਤੇ ਬਿਆਸ ਦੇ ਵਿਚਕਾਰ ਸਥਿਤ ਹੈ ਸੋ ਉਪਰਲੀ ਸਾਈਡ ਇਸਤੇ ਹੈ ਨਾ ਰਾਵੀ ਨਦੀ ਵਗਦੀ ਹੈ ਨੀਚਲੀ ਸਾਈਡ ਜਿਹੜਾ ਕਹਿ ਸਕਦੇ ਆ ਇਸਦੇ ਬਿਆਸ ਹੈ ਸੋ ਸੈਂਟਰ ਇਸਦੇ ਵਿੱਚ ਜਿਹੜਾ ਆ ਜਾਂਦਾ ਹੈ ਉਹ ਮਾਜਾ ਦਾ ਖੇਤਰ ਆ ਜਾਂਦਾ ਹੈ ਜਿਸ ਦੇ ਵਿੱਚ ਚਾਰ ਜ਼ਿਲ੍ਹੇ ਇਨਕਲੂਡ ਨੇ ਨੈਕਸਟ ਹੈ 79 ਨੰਬਰ ਉੱਪਰਵਾਰੀ ਦੁਆਬ ਦੇ ਅਧੀਨ ਕਿਹੜਾ ਖੇਤਰ ਹੁੰਦਾ ਹੈ ਸੋ ਆਪਸ਼ਨ 1 ਹੈ ਮਾਲਵਾ ਆਪਸ਼ਨ 2 ਹੈ ਬੇਸਤ ਆਪਸ਼ਨ 3 ਹੈ ਮਾਝਾ ਅਤੇ ਆਪਸ਼ਨ 4 ਹੈ ਜਲੰਧਰ ਸੋ ਉੱਪਰਵਾਰੀ ਦੁਆਬ ਜਿਹੜਾ ਹੈ ਉਹ ਮਾਝੇ ਦਾ ਹੀ ਨਾਮ ਹੈ ਕਈ ਵਾਰ ਤੁਹਾਨੂੰ ਉੱਪਰਵਾਰੀ ਦੁਆਬ ਵੀ ਪੁੱਛਿਆ ਜਾ ਸਕਦਾ ਹੈ ਕਈ ਵਾਰ ਤੁਹਾਨੂੰ ਮਾਝਾ ਵੀ ਮੰਨਣ ਕੀਤਾ ਹੈ ਤਾਂ ਦੋਨਾਂ ਦਾ ਨਾਮ ਜਿਹੜਾ ਉਹ ਸੇਮ ਹੈ ਮੀਨਸ ਖੇਤਰ ਸੇਮ ਹੈ ਬਟ ਨਾਮ ਦੋਨਾਂ ਦੇ ਡਿਫਰੈਂਟ ਨੇ ਦੋ ਦੋ ਰੱਖੇ ਹੋਏ ਨੇ ਇਹਨਾਂ ਦੇ ਓਕੇ ਨੈਕਸਟ ਹੈ 80 ਨੰਬਰ ਮੱਜਾ ਖੇਤਰ ਨਾਲ ਸੰਬੰਧਿਤ ਕਿਹੜਾ ਜ਼ਿਲ੍ਹਾ ਹੈ ਸੋ ਆਪਸ਼ਨ 1 ਹੈ ਬਠਿੰਡਾ ਆਪਸ਼ਨ 2 ਹੈ ਰੂਪਨਗਰ ਆਪਸ਼ਨ 3 ਹੈ ਗੁਰਦਾਸਪੁਰ ਅਤੇ ਆਪਸ਼ਨ 4 ਹੈ ਫਿਰੋਜ਼ਪੁਰ ਸੋ ਮੱਜਾ ਖੇਤਰ ਦਾ ਇਹਨਾਂ ਦੇ ਵਿੱਚੋਂ ਸੰਬੰਧਿਤ ਖੇਤਰ ਹੈ ਗੁਰਦਾਸਪੁਰ ਓਕੇ ਗੁਰਦਾਸਪੁਰ ਤੋਂ ਬਾਅਦ ਅੰਮ੍ਰਿਤਸਰ ਇਸ ਦੇ ਵਿੱਚ ਇਨਕਲੂਡ ਹੈ ਠੀਕ ਹੈ ਇਸ ਤੋਂ ਇਲਾਵਾ ਪਠਾਨਕੋਟ ਇਸ ਦੇ ਵਿੱਚ ਆ ਜਾਂਦਾ ਹੈ ਇਸ ਤੋਂ ਇਲਾਵਾ ਤਰਨਤਾਰ ਸਹਿਜ ਚਾਰ ਜ਼ਿਲ੍ਹੇ ਜਿਹੜੇ ਇਸ ਦੇ ਵਿੱਚ ਇਨਕਲੂਡ ਨੇ ਸੋ ਚਾਰਾਂ ਨੂੰ ਤੁਸੀਂ ਆਪਣਾ ਹਨ ਹਾਈਲਾਈਟ ਕਰ ਲੈਣਾ ਸੋ ਥਿਉਰੀ ਦੇ ਵਿੱਚ ਇਨਕਲੂਡ ਨੇ ਜਿਨ੍ਹਾਂ ਨੇ ਥਿਉਰੀ ਨਹੀਂ ਦੇਖੀ ਪੰਜਾਬ ਦੀ ਹਿਸਟਰੀ ਵਾਲੀ ਸੋਹੋ ਜ਼ਰੂਰ ਦੇਖ ਲੈਣਾ ਨੈਕਸਟ ਹੈ 81 ਨੰਬਰ ਦੁਆਬਾ ਸ਼ਬਦ ਦਾ ਕੀ ਅਰਥ ਹੈ ਸੋ ਆਪਸ਼ਨਿਕ ਹੈ ਦਰਿਆਵਾਂ ਦੇ ਕੰਢੇ ਆਪਸ਼ਨ 2 ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਆਪਸ਼ਨ 3 ਹੈ ਪੰਜ ਦਰਿਆਵਾਂ ਦੀ ਧਰਤੀ ਅਤੇ ਆਪਸ਼ਨ 4 ਹੈ ਕੋਈ ਨਹੀਂ ਅਗਰ ਤੁਸੀਂ ਗੱਲ ਕਰੀਏ ਦੁਆਬਾ ਸ਼ਬਦ ਤਾਂ ਦੁਆਬਾ ਸ਼ਬਦ ਜਿਹੜਾ ਹੈ ਉਹ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਤੋਂ ਲਿਆ ਗਿਆ ਹੈ ਜਾਨੀ ਕਿ ਜੋ ਖੇਤਰ ਦੋ ਦਰਿਆਵਾਂ ਦੇ ਵਿਚਕਾਰ ਸਥਿਤ ਹੁੰਦਾ ਹੈ ਉਸ ਨੂੰ ਦੋ ਆਬਾ ਕਿਹਾ ਜਾਂਦਾ ਹੈ ਓਕੇ ਸੋ ਇਸ ਆਨਸਰ ਬੀ ਸਹੀ ਰਹੂਗਾ ਨੈਕਸਟ ਹੈ 82 ਨੰਬਰ ਦੁਆਬਾ ਖੇਤਰ ਦੇ ਕਿਹੜੇ ਦੁਆਬਾ ਖੇਤਰ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਸੋ ਆਪਸ਼ਨ 1 ਹੈ ਬਸਤ ਤੇ ਰਾਵੀ ਦੇ ਆਪਸ਼ਨ 2 ਹੈ ਰਾਵੀ ਤੇ ਸਤਲੁਜ অপਸ਼ਨ 3 ਹੈ ਸਤਲੁਜ ਤੇ ਕਗਰ ਅਤੇ অপਸ਼ਨ 4 ਹੈ ਬਿਆਸ ਅਤੇ ਸਤਲੁਜ ਸੋ ਦਵਾਬਾ ਖੇਤਰ ਜਿਹੜਾ ਹੈ ਸੋ ਇਸ ਦੇ ਵਿੱਚ ਇਨਕਲੂਡ ਹੈ ਜੀ ਬਿਆਸ ਅਤੇ ਸਤਲੁਜ ਸੋ ਇਸ ਤਰੀਕੇ ਦੇ ਨਾਲ ਜੋ ਰਾਵੀ ਨਦੀ ਆਉਂਦੀ ਹੈ ਇਸ ਤੋਂ ਇਲਾਵਾ ਜੋ ਬਿਆਸ ਨਦੀ ਆ ਜਾਂਦੀ ਹੈ ਸੋ ਇਹ ਮਾਜਾ ਖੇਤਰ ਨੂੰ ਕ੍ਰੀਏਟ ਕਰਦੀ ਹੈ ਇਸ ਤੋਂ ਇਲਾਵਾ ਜੋ ਸਤਲੁਜ ਰਿਵਰ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਹਨਾ ਉੱਪਰ ਵਾਲਾ ਖੇਤਰ ਬਣਾ ਲੈਂਦੀ ਹੈ ਸਤਲੁਜ ਤੇ ਬਿਆਸ ਦਾ ਜਿਹੜਾ ਵਿਚਕਾਰਲਾ ਇਲਾਕਾ ਹੈ ਸੋ ਉਸ ਨੂੰ ਦੁਆਬਾ ਕਿਹਾ ਜਾਂਦਾ ਹੈ ਓਕੇ ਸੋ ਨੀਚੇ ਵਾਲਾ ਜਿਹੜਾ ਹੈ ਉਹ ਮਾਲਵੇਦ ਚ ਆ ਜਾਊਗਾ ਨੈਕਸਟ ਹੈ 83 ਨੰਬਰ ਦੁਆਬਾ ਖੇਤਰ ਦੇ ਅਧੀਨ ਕਿੰਨੇ ਜ਼ਿਲ੍ਹੇ ਆਉਂਦੇ ਹਨ ਸੋ ਆਪਸ਼ਨ 1 ਹੈ 6 ਆਪਸ਼ਨ 2 ਹੈ 5 4 ਆਪਸ਼ਨ 3 ਹੈ 9 ਅਤੇ ਆਪਸ਼ਨ 4 ਹੈ 7 ਸੋ ਰਾਈਟ ਅਸ ਦਾ ਅਨਸਰ ਜੀ ਦੁਆਬਾ ਖੇਤਰ ਅਤੇ ਮਾਜਾ ਖੇਤਰ ਦੋਨਾਂ ਦੇ ਵਿੱਚ ਚਾਰ-ਚਾਰ ਜਿਹੜੇ ਆਉਂਦੇ ਨੇ ਜਾਨੀ ਟੋਟਲ ਦੋ ਜ਼ਿਲ੍ਹੇ ਟੋਟਲ ਅੱਠ ਜ਼ਿਲ੍ਹੇ ਜਿਹੜੇ ਆਹੋ ਇਹਨਾਂ ਦੋ ਖੇਤਰਾਂ ਦੇ ਵਿੱਚ ਆਉਂਦੇ ਨੇ ਦੋ ਦੁਆਬਿਆਂ ਦੇ ਵਿੱਚ ਆਉਂਦੇ ਨੇ ਓਕੇ ਸੋ ਨੈਕਸਟ ਹੈ 84 ਨੰਬਰ ਦੁਆਬਾ ਖੇਤਰ ਨਾਲ ਸੰਬੰਧਿਤ ਜ਼ਿਲ੍ਹਾ ਹੈ ਸੋ ਆਪਸ਼ਨ 1 ਹੈ ਕਪੂਰਥਲਾ ਆਪਸ਼ਨ 2 ਹੈ ਅੰਮ੍ਰਿਤਸਰ ਆਪਸ਼ਨ 3 ਹੈ ਲੁਧਿਆਣਾ ਅਤੇ ਆਪਸ਼ਨ 4 ਹੈ ਪਠਾਨਕੋਟ ਸੋ ਦੁਆਬਾ ਖੇਤਰ ਦੇ ਨਾਲ ਸੰਬੰਧਿਤ ਹੈ ਜੀ ਕਪੂਰਥਲਾ ਜਲੰਧਰ ਕਾ ਸੋਹੇ ਚਾਰ ਜਿਹੜੇ ਜ਼ਿਲ੍ਹੇਸ ਦੇ ਵਿੱਚ ਇਨਕਲੂਡ ਨੇ ਨੈਕਸਟ ਹੈ 85 ਨੰਬਰ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਕਿਹੜਾ ਹੈ অপਸ਼ਨ 1 ਹੈ ਮਾਝਾ অপਸ਼ਨ 2 ਹੈ ਦੁਆਬਾ অপਸ਼ਨ 3 ਹੈ ਹਰਿਆਣਾ ਅਤੇ অপਸ਼ਨ 4 ਹੈ ਮਾਲਵਾ ਸੋ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਇਹਨਾਂ ਦੇ ਵਿੱਚੋਂ ਕਿਹੜਾ ਹੈ ਉਹ ਹੈ ਮਾਲਵਾ ਖੇਤਰ ਜਿਸ ਦੇ ਵਿੱਚ ਸਭ ਤੋਂ ਵੱਧ ਜ਼ਿਲ੍ਹੇ ਸ਼ਾਮਲ ਨੇਗੇ ਔਰ ਕਾਫੀ ਵਾਸਟ ਖੇਤਰ ਦੇ ਵਿੱਚ ਇਹ ਵਾਲਾ ਜਿਹੜਾ ਕਹਿ ਸਕਦੇ ਆ ਨਾ ਦੁਆਬਾ ਪਾਇਆ ਜਾਂਦਾ ਹੈ ਸੋ ਮਾਲਵਾ ਖੇਤਰ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਸੋ ਆਪਸ਼ਨ 1 ਹੈ ਬਿਆਸ ਅਤੇ ਰਾਵੀ ਦੇ ਆਪਸ਼ਨ 2 ਹੈ ਰਾਵੀ ਅਤੇ ਸਤਲੁਜ ਆਪਸ਼ਨ 3 ਹੈ ਸਤਲੁਜ ਦੇ ਕਗਰ ਅਤੇ ਆਪਸ਼ਨ 4 ਹੈ ਬਿਆਸ ਅਤੇ ਸਤਲੁਜ ਸੋ ਰਾਈਟ ਅਸਾਂ ਅਨਸਰ ਸੋ نیچے ਜਿਹੜਾ ਹੈ ਨਾ ਸਤਲੁਜ ਦਰਿਆ ਲੁਧਿਆਣਾ ਦੇ ਕੋਲ ਦੀ ਗੁਜ਼ਰਤਾ ਹੋਇਆ ਜਾਂਦਾ ਹੈ ਔਰ ਇਸ ਸਾਈਡ ਹਰਿਆਣਾ ਸਾਈਡ ਦੇ ਵਿੱਚੋਂ ਕੱਗਰ ਦਰਿਆ ਜਿਹੜਾ ਜਾਂਦਾ ਹੈ ਇਹ ਮਾਲਵਾ ਦੀ ਹੱਦ ਨੂੰ ਨਿਰਧਾਰਿਤ ਕਰਦਾ ਹੈ ਓਕੇ ਉੱਪਰ ਸਤਲੁਜ ਹੈ نیچے ਜਿਹੜਾ ਕੱਗਰ ਦਰਿਆ ਜਿਹੜਾ ਕਿ ਹਰਿਆਣਾ ਦੇ ਤੱਕ ਜਾਂਦਾ ਹੈ ਸੋ ਇਸ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਦਾ ਖੇਤਰ ਕਿਹਾ ਜਾਂਦਾ ਹੈ ਨੈਕਸਟ ਹੈ 87 ਨੰਬਰ ਵਰਤਮਾਨ ਸਵੇ ਮਾਲਵਾ ਖੇਤਰ ਦੇ ਵਿੱਚ ਕਿੰਨੇ ਜ਼ਿਲ੍ਹੇ ਸ਼ਾਮਲ ਨੇ ਸੋ ਆਪਸ਼ਨ 1 ਹੈ 10 ਆਪਸ਼ਨ 2 ਹੈ 14 ਆਪਸ਼ਨ 3 ਹੈ 15 ਅਤੇ ਆਪਸ਼ਨ 4 ਹੈ ਉੰਨੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਸ ਸਮੇਂ ਦਾ ਓਕੇ ਸੋ ਵਰਤਮਾਨ ਸਮੇਂ ਮਾਲਵਾ ਖੇਤਰ ਦੇ ਵਿੱਚ 15 ਜ਼ਿਲ੍ਹੇ ਨੇਗੇ ਸੋ ਪਹਿਲਾਂ ਇਸ ਦੇ ਵਿੱਚ 14 ਸੀ ਬਟ ਵਰਤਮਾਨ ਸਮੇਂ ਸੰਗਰੂਰ ਦੇ ਨਾਲੋਂ ਵੱਖ ਕਰਕੇ ਮਲੇਰਕੋਟਲਾ ਜ਼ਿਲ੍ਹਾ ਉਹ ਨਵਾਂ ਐਡ ਕੀਤਾ ਗਿਆ ਜਿਸ ਕਰਕੇ ਪੰਜਾਬ ਦੇ ਵਿੱਚ 23 ਜ਼ਿਲ੍ਹੇ ਹੋ ਗਏ ਨੇ ਔਰ ਇਹਨਾਂ ਦੇ ਕਰਕੇ ਜਿਹੜਾ ਮਾਲਵਾ ਦੇ ਖੇਤਰ ਦੇ ਵਿੱਚ 15 ਜ਼ਿਲ੍ਹੇ ਹੋ ਜਾਂਦੇ ਨੇ ਓਕੇ ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਸੋ ਇਸ ਨੂੰ ਪਲੀਜ਼ ਯਾਦ ਰੱਖਣਾ ਕਈ ਵਾਰ ਜਿਲ੍ਹਾ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜਾ ਹੈ ਮਾਲਵਾ ਖੇਤਰ ਦੇ ਵਿੱਚ ਔਰ ਕਿੰਨੇ ਨੇ ਵੀ ਪੁੱਛਿਆ ਜਾ ਸਕਦਾ ਹੈ ਮਾਲਵਾ ਖੇਤਰ ਦਾ ਸਭ ਤੋਂ ਵੱਡਾ ਜਿਲ੍ਹਾ ਕਿਹੜਾ ਹੈ অপਸ਼ਨ 1 ਹੈ ਪਟਿਆਲਾ অপਸ਼ਨ 2 ਹੈ ਲੁਧਿਆਣਾ অপਸ਼ਨ 3 ਹੈ ਫਾਜ਼ਿਲਕਾ ਅਤੇ অপਸ਼ਨ 4 ਹੈ ਫਿਰੋਜ਼ਪੁਰ ਸੋ ਮਾਲਵਾ ਖੇਤਰ ਦੇ ਅਧਿਨ ਗੱਲ ਕਰੀਏ ਤਾਂ ਸਭ ਤੋਂ ਵੱਡਾ ਜਿਲ੍ਹਾ ਹੈ ਲੁਧਿਆਣਾ ਸੋ ਇਹ ਸਭ ਤੋਂ ਵੱਧ ਪੋਪੂਲੇਸ਼ਨ ਵਾਲਾ ਸਭ ਤੋਂ ਵੱਧ ਡੈنسਿਟੀ ਵਾਲਾ ਸਭ ਤੋਂ ਵੱਧ ਟਰੈਫਿਕ ਵਾਲਾ ਸਭ ਤੋਂ ਵੱਧ ਪੋਲੂਸ਼ਨ ਵਾਲਾ ਸਭ ਤੋਂ ਵੱਧ ਇੰਡਸਟਰੀਆਂ ਵਾਲਾ ਔਰ ਸਭ ਤੋਂ ਵੱਡਾ ਖੇਤਰ ਵੀ ਜਿਹੜਾ ਹੈ ਉਹ ਲੁਧਿਆਣੇ ਦਾ ਹੀ ਆਉਂਦਾ ਹੈ ਓਕੇ ਨੈਕਸਟ ਹੈ 99 ਨੰਬਰ ਪੰਜਾਬ ਵਿੱਚ ਰੇਤਲੇ ਜ਼ਿਲ੍ਹਿਆਂ ਦਾ ਨਾਮ ਰੇਤਲੇ ਜ਼ਿਲ੍ਹਿਆਂ ਦੇ ਨਾਮ ਨਾਲ ਜਾਣੇ ਜਾਂਦੇ ਹਨ ਸੋ ਆਪਸ਼ਨ 1 ਹੈ ਫਿਰੋਜ਼ਪੁਰ ਆਪਸ਼ਨ 2 ਹੈ ਬਠਿੰਡਾ ਆਪਸ਼ਨ 3 ਹੈ ਮਾਨਸਾ ਅਤੇ ਆਪਸ਼ਨ 4 ਹੈ ਸੰਗਰੂਰ ਅਤੇ ਉਪਰੋਕਤ ਸਾਰੇ ਸਹੇ ਪੁਰਾਣੇ ਸਮੇਂ ਦੇ ਅਕੋਰਡਿੰਗ ਹਨ ਜਗਰ ਅਸੀਂ ਗੱਲ ਕਰੀ ਕੇ ਕਿ ਥਰੋਜਪੁਰ ਬਠਿੰਡਾ ਮਾਨਸਾ ਸੰਗਰੂਰ ਇਹ ਰੇਤਲੇ ਸਥਾਨ ਸੀਗੇ ਰੇਤਲੇ ਟਿੱਬੇ ਪਾਏ ਜਾਂਦੇ ਸੀ ਬਟ ਵਰਤਮਾਨ ਸਮੇਂ ਨਵੇਂ-ਨਵੇਂ ਟੈਕਨੀਕਸ ਆਉਣ ਦੇ ਨਾਲ ਹਨ ਨਵੀਆਂ ਮਸ਼ੀਨਰੀਆਂ ਹੋਣ ਦੇ ਵਿੱਚ ਆਉਣ ਦੇ ਨਾਲ ਇਹਨਾਂ ਦੇ ਵਿੱਚ ਇਹ ਸਿਸਟਮ ਖਤਮ ਹੋ ਗਿਆ ਹੁਣ ਇਹ ਅੱਜ ਪੱਧਰੇ ਤੇ ਵਾਹੀਯੋਗ ਜਿਹੜੀ ਜ਼ਮੀਨ ਨੇਗੇ ਸੋ ਇੱਥੇ ਹਨ ਹੁਣ ਜੋ ਟਿੱਬੇ ਨੇ ਉਹ ਬਹੁਤ ਘਟ ਚੁੱਕੇ ਨੇ ਯਾਨੀ ਕਿ ਰੇਤਲੇ ਸਮੇਂ ਦੇ ਵਿੱਚ ਇਹ ਹੁਣ ਨਹੀਂ ਆਉਂਦੇ ਹੈਗੇ ਓਕੇ ਥੋੜੇ ਬਹੁਤ ਪਾਇਆ ਜਾਂਦਾ ਹੈ ਬਟ ਉਹਨਾਂ ਨਹੀਂ ਜਿੰਨਾ ਪੁਰਾਣੇ ਸਮੇਂ ਦੇ ਵਿੱਚ ਸੀ ਨੈਕਸਟ ਹੈ 90 ਨੰਬਰ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਜਲਵਾਯੂ ਪਾਇਆ ਜਾਂਦਾ ਹੈ ਆਪਸ਼ਨ 1 ਹੈ ਟ੍ਰੋਪੀਕਲ ਆਪਸ਼ਨ 2 ਹੈ ਸਬਟ੍ਰੋਪੀਕਲ ਮੌਨਸੂਨ ਆਪਸ਼ਨ 3 ਹੈ ਟੈਂਪਰੇਟ ਜ਼ੋਨ ਅਤੇ ਆਪਸ਼ਨ 4 ਹੈ ਆਲ ਆਫ ਥੀਸ ਸੋ ਪੰਜਾਬ ਦਾ ਕਲਾਈਮੇਟ ਜਿਹੜਾ ਹੈ ਉਹ ਇਹਨਾਂ ਦੇ ਵਿੱਚੋਂ ਸਬ ਟ੍ਰੋਪੀਕਲ ਮੌਨਸਨ ਟਾਈਪ ਦਾ ਪਾਇਆ ਜਾਂਦਾ ਹੈ ਇਹ ਮੋਸਟ ਇੰਪੋਰਟੈਂਟ ਹੈ ਪੰਜਾਬ ਦੇ ਕਲਾਈਮੇਟ ਦਾ ਕੁਐਸਚਨ ਕਿ ਕਿਸ ਟਾਈਪ ਦਾ ਕਲਾਈਮੇਟ ਹੈ ਸਾਡੇ ਪੰਜਾਬ ਦੇ ਵਿੱਚ ਸਬ ਟ੍ਰੋਪੀਕਲ ਜਿਹੜਾ ਕਹਿ ਸਕਦੇ ਹਾਂ ਉਪ ਓਸ਼ਨ ਮੌਨਸਨ ਜਿਹੜਾ ਕਹਿ ਸਕਦੇ ਹੈਗੇ ਜਲਵਾਯੂ ਹੈ ਨੈਕਸਟ ਹੈ 91 ਨੰਬਰ ਕਿਸੇ ਵੀ ਖੇਤਰ ਦਾ ਜਲਵਾਯੂ ਪਤਾ ਕਰਨ ਦੇ ਲਈ ਕਿੰਨਾ ਸਮਾਂ ਲੱਗਦਾ ਹੈ ਸੋ ਆਪਸ਼ਨ 1 ਹੈ 2 ਸਾਲ ਆਪਸ਼ਨ 2 ਹੈ 12 ਸਾਲ ਆਪਸ਼ਨ 3 ਹੈ 20 ਤੋਂ 25 ਸਾਲ ਅਤੇ ਆਪਸ਼ਨ 4 ਹੈ 17 ਸਾਲ ਧਿਆਨ ਰੱਖਣਾ ਕਿ ਜੇ ਅਸੀਂ ਟੈਂਪਰੇਚਰ ਦੀ ਗੱਲ ਕਰਾਂਗੇ ਤਾਂ ਅਸੀਂ ਡੇਲੀ ਦਾ ਨੋਟ ਕਰ ਸਕਦੇ ਹਾਂ ਕਿ ਇੱਕ ਦਿਨ ਦੇ ਵਿੱਚ ਔਸਤਨ ਕਿੰਨਾ ਟੈਂਪਰੇਚਰ ਹੈ ਅਗਰ ਅਸੀਂ ਜਲਵਾਯੂ ਕਲਾਈਮੇਟ ਦੀ ਗੱਲ ਕਰੀਏ ਤਾਂ ਉਹਦੇ ਲਈ ਸਾਨੂੰ 20 ਤੋਂ 25 ਸਾਲ ਤੱਕ ਦਾ ਸਮਾਂ ਲੱਗੇਗਾ ਕਿ ਜਿਸ ਦੇ ਨਾਲ ਅਸੀਂ ਇੱਕ ਖੇਤਰ ਦਾ ਕਲਾਈਮੇਟ ਜਿਹੜਾ ਉਹ ਸਮਝ ਪਾਵਾਂਗੇ ਕਿ ਇੱਥੋਂ ਦੀ ਜਲਵਾਯੂ ਜਿਹੜੀ ਹੈ ਉਹ ਕਿਹੋ ਜਿਹੀ ਹੈ ਠੀਕ ਹੈ ਤਾਂ ਉਹਦੇ ਲਈ 20 ਤੋਂ 25 ਸਾਲ ਲੱਗਦੇ ਹੈਗੇ ਨੇ ਇਤੇ ਕਿਤੇ 15 ਸਾਲ ਵੀ ਮੈਂਸ਼ਨ ਕੀਤਾ ਹੋਇਆ ਹੈ ਨੈਕਸਟ ਹੈ 91 ਨੰਬਰ ਪੰਜਾਬ ਵਿੱਚ ਨਿਯਮਿਤ ਮੌਸਮ ਹਨ ਸਬਪਸ਼ਨਿਕ ਹੈ ਗਰਮੀ ਦਾ ਮੌਸਮ অপਸ਼ਨ 2 ਹੈ ਬਰਸਾਤੀ ਮੌਸਮ অপਸ਼ਨ 3 ਹੈ ਸਰਦੀ ਦਾ ਮੌਸਮ ਅਤੇ অপਸ਼ਨ 4 ਹੈ ਉਪਰੋਕਤ ਸਾਰੇ ਪੇ ਪੰਜਾਬ ਦੇ ਰੈਗੂਲਰ ਮੌਸਮ ਨੇ ਜੋ ਹਰ ਸਾਲ ਆਪਰਦੇ ਗਰਮੀ ਦਾ ਮੌਸਮ ਬਰਸਾਤ ਦਾ ਮੌਸਮ ਤੇ ਸਰਦੀ ਦਾ ਮੌਸਮ ਹੁਣ ਸੋ ਵਰਤਮਾਨ ਸਮੇਂ ਗਰਮੀ ਦਾ ਚੱਲ ਰਿਹਾ ਫਿਰ ਉਸ ਤੋਂ ਬਾਅਦ ਮੌਨਸਨ ਆਉਣੀ ਹੈ ਜਿਹਦੇ ਕਾਰਨ ਕਰਕੇ ਬਰਸਾਤੀ ਮੌਸਮ ਸ਼ੁਰੂ ਹੋ ਜਾਊਗਾ ਫਿਰ ਉਸ ਤੋਂ ਬਾਅਦ ਸਰਦੀ ਦਾ ਮੌਸਮ ਆਊਗਾ ਠੀਕ ਹੈ ਇਸ ਤੋਂ ਲਾ ਬਾ ਪਤਝੜ ਦਾ ਜਿਹੜਾ ਕਹਿ ਸਕਦੇ ਆ ਇਸ ਤੋਂ ਬਾਅਦ ਬਸੰਤ ਵਾਲਾ ਜਿਹੜਾ ਹੈ ਉਹ ਇਰੈਗੂਲਰ ਦੇ ਵਿੱਚ ਆਉਂਦਾ ਹੈ ਕੰਟੀਨਿਊ ਦੇ ਵਿੱਚ ਨਹੀਂ ਆਉਂਦਾ ਨੈਕਸਟ ਹੈ ਤਰਨਮੀ ਨੰਬਰ ਪੰਜਾਬ ਵਿੱਚ ਗਰਮੀ ਦਾ ਤਾਪਮਾਨ ਕਿੰਨਾ ਰਿਕਾਰਡ ਕੀਤਾ ਗਿਆ ਹੈ ਸੋ ਆਪਸ਼ਨ 1 ਹੈ 52 ਡਿਗਰੀ ਆਪਸ਼ਨ 2 ਹੈ 40 ਡਿਗਰੀ ਆਪਸ਼ਨ 3 ਹੈ 45 ਡਿਗਰੀ ਅਤੇ ਆਪਸ਼ਨ 4 ਹੈ 47 ਡਿਗਰੀ ਅਗਰ ਅਸੀਂ ਪੰਜਾਬ ਦੇ ਔਸਤਨ ਤਾਪਮਾਨ ਦੀ ਗੱਲ ਕਰੀ ਗਏ ਜੋ ਵੱਖ-ਵੱਖ ਸਾਲਾਂ ਦੇ ਅਧਿਐਨ ਤੋਂ ਡਾਟਾ ਕੱਢਿਆ ਗਿਆ ਹੈ ਤਾਂ ਉਹਦੇ ਅਨੁਸਾਰ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਧ ਟੈਂਪਰੇਚਰ ਜਿਹੜਾ ਹੈ ਉਹ 45 ਡਿਗਰੀ ਸੈਲਸੀਅਸ ਤੱਕ ਦਾ ਰਿਹਾ ਹੈ ਨੈਕਸਟ ਹੈ ਨੰਬਰ ਪੰਜਾਬ ਦੇ ਪਹਾੜੀ ਖੇਤਰਾਂ ਵਿੱਚ ਸਾਲਾਨਾ ਵਰਖਾ ਕਿੰਨੀ ਪੈਂਦੀ ਹੈ ਪਹਾੜੀ ਖੇਤਰ ਮਤਲਬ ਪਠਾਨਕੋਟ ਗੁਰਦਾਸਪੁਰ ਜਿਹੜਾ ਇਸ ਖੇਤਰ ਦੇ ਵਿੱਚ ਸੋ ਸਮ ਜਾਨੀ ਕਿ ਸੈਂਟੀਮੀਟਰ ਆਪਸ਼ਨ 2 ਹੈ so, 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 90 ਸੈਂਟੀਮੀਟਰ ਆਪਸ਼ਨ 3 ਹੈ 70 ਸੈਂਟੀਮੀਟਰ ਅਤੇ ਆਪਸ਼ਨ 4 ਹੈ 50 ਸੈਂਟੀਮੀਟਰ ਤਾਂ ਪੰਜਾਬ ਦੀਆਂ ਪਹਾੜੀ ਖੇਤਰਾਂ ਦੇ ਵਿੱਚ 90 ਸੈਂਟੀਮੀਟਰ ਜਿਹੜੀ ਵਰਖਾ ਪੈਂਦੀ ਹੈ ਜਾਨੀ ਕਿ ਕਾਫੀ ਹੈ ਇਸ ਖੇਤਰ ਦੇ ਵਿੱਚ ਨੈਕਸਟ ਹੈ 95 ਨੰਬਰ ਪੰਜਾਬ ਦੇ ਮੈਦਾਨੀ ਖੇਤਰਾਂ ਦੇ ਵਿੱਚ ਸਾਲਾਨਾ ਵਰਖਾ ਕਿੰਨੀ ਪੈਂਦੀ ਹੈ ਸੋ ਆਪਸ਼ਨ 1 ਹੈ 46 ਸੈਂਟ ਆਪਸ਼ਨ 3 ਹੈ 50 ਸੈਂਟ ਅਤੇ ਆਪਸ਼ਨ 4 ਹੈ 70 ਸੈਂਟ ਅਤੇ ਆਪਸ਼ਨ 4 ਹੈ 80 ਸੈਂਟ ਪੰਜਾਬ ਦੇ ਮੈਦਾਨੀ ਖੇਤਰਾਂ ਦੇ ਵਿੱਚ ਜੇਕਰ ਸਾਲਾਨਾ ਵਰਖਾ ਦੀ ਗੱਲ ਕਰੀਏ ਤਾਂ ਤਕਰੀਬਨ 46 ਸੈਂਟੀਮੀਟਰ ਪੈਂਦੀ ਹੈ ਔਰ ਪਹਾੜੀ ਖੇਤਰਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੇ ਉੱਥੇ 90 ਸੈਂਟੀਮੀਟਰ ਹੈ ਫਰਕ ਇਹਦੇ ਵਿੱਚ ਠੀਕ ਹੈ ਮੈਦਾਨੀ ਖੇਤਰਾਂ ਦੇ ਵਿੱਚ ਘੱਟ ਵਰਖਾ ਪੈਂਦੀ ਹੈ ਨੈਕਸਟ ਹੈ 96 ਨੰਬਰ ਪੰਜਾਬ ਵਿੱਚ ਪੱਛੜ ਜਾਂ ਮੌਸਮ ਹੁੰਦਾ ਹੈ ਜਨਵਰੀ ਤੋਂ ਫਰਵਰੀਜ ਅਗਸਟ ਤੋਂ ਅਕਤੂਬਰ ਚ ਅਕਤੂਬਰ ਤੋਂ ਨਵੰਬਰ ਅਤੇ অপਸ਼ਨ 4 ਹੈ ਦਸੰਬਰ ਤੋਂ ਜਨਵਰੀ ਇਹ ਮੌਸਮ ਪਲੀਜ਼ ਇਹਨਾਂ ਦਾ ਟਾਈਮ ਪੀਰੀ ਜ਼ਰੂਰ ਯਾਦ ਰੱਖਿਓ ਸੋ ਪੰਜਾਬ ਦੇ ਵਿੱਚ ਪੱਤ ਝੜਦਾ ਮੌਸਮ ਜਿਹੜਾ ਹੁੰਦਾ ਹੈ ਉਹ ਤਕਰੀਬਨ ਅਕਤੂਬਰ ਤੋਂ ਨਵੰਬਰ ਦਾ ਹੁੰਦਾ ਹੈ ਜਿਸ ਸਮੇਂ ਦੌਰਾਨ ਸਰਾਲੀਦ ਰਕਤ ਜਿਹੜੇ ਨੇ ਉਹ ਆਪਣੇ ਪੱਤੇ ਛਾੜ ਦਿੰਦੇ ਹੈਗੇ ਨੇ ਸਿਰਫ ਸਦਾਬਾਰ ਰਕਤ ਜਿਹੜੇ ਉਹ ਨਹੀਂ ਛਾੜਦੇ ਬਾਕੀ ਦੇ ਸਾਰੇ ਪੌਦੇ ਜਿਹੜੇ ਉਹ ਆਪਣੇ ਪੱਤੇ ਛਾੜ ਦਿੰਦੇ ਹੁੰਦੇ ਨੇ ਨੈਕਸਟ ਹੈ 97 ਨੰਬਰ ਬਸੰਤ ਦੇ ਮੌਸਮ ਦਾ ਸਮਾਂ ਹੈ অপਸ਼ਨ 1 ਹੈ ਮਾਰਚ ਤੋਂ ਅਪ੍ਰੈਲ অপਸ਼ਨ 2 ਹੈ ਅਗਸਤ ਤੋਂ ਅਕਤੂਬਰ অপਸ਼ਨ 3 ਹੈ ਨਵੰਬਰ ਅਕਤੂਬਰ ਤੋਂ ਨਵੰਬਰ ਅਤੇ অপਸ਼ਨ 4 ਹੈ ਦਸੰਬਰ ਤੋਂ ਜਨਵਰੀ ਸੋ ਜਿਹੜੇ ਅਕਤੂਬਰ ਤੋਂ ਨਵੰਬਰ ਦੇ ਵਿੱਚ ਪੱਤੇ ਝੜਦੇ ਨੇ ਦਰਖਤਾਂ ਦੇ ਉਹ ਫਿਰ ਵਾਪਸ ਆਉਣੇ ਸ਼ੁਰੂ ਹੁੰਦੇ ਨੇ ਮਾਰਚ ਤੋਂ ਅਪ੍ਰੈਲ ਦੇ ਵਿੱਚ ਜਿਸ ਨੂੰ ਬਸੰਤ ਦੇ ਮੌਸਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੈਕਸਟ ਹੈ 98 ਨੰਬਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ অপਸ਼ਨ 1 ਹੈ ਪਟਿਆਲਾ ਦਾ অপਸ਼ਨ 2 ਹੈ ਮਰਸਰ অপਸ਼ਨ 3 ਹੈ ਬਠਿੰਡਾ ਅਤੇ অপਸ਼ਨ 4 ਹੈ A ਅਤੇ B অপਸ਼ਨ ਸੋ ਪਟਿਆਲਾ ਅਤੇ ਅੰਮ੍ਰਿਤਸਰ ਦਾ ਟੈਂਪਰੇਚਰ ਹੈ ਉਹ ਸਭ ਤੋਂ ਵੱਧ ਨੋਟ ਕੀਤਾ ਗਿਆ ਹੈ 45 ਡਿਗਰੀ ਸੈਲਸੀਅਸ ਸੋ ਇਸ ਤੋਂ ਇਲਾਵਾ ਜਿਹੜਾ ਲੁਧਿਆਣਾ ਹੈ ਉਹਦਾ ਵੀ ਟੈਂਪਰੇਚਰ ਤਕਰੀਬ ਇੰਨਾ ਹੀ ਰਹਿੰਦਾ ਹੈ ਬਟ ਇਹ ਦੋ ਮੈਂਸ਼ਨ ਡੇਗੇ ਠੀਕ ਹੈ ਨੈਕਸਟ ਹੈ 99 ਨੰਬਰ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਤਾਪਮਾਨ ਹੈ ਸਭ ਤੋਂ ਵੱਧ ਆਪਨ ਕਿੰਨਾ ਰਿਕਾਰਡ ਕੀਤਾ ਗਿਆ ਹੈ অপਸ਼ਨ ਏ ਹੈ 45.50 ਡਿਗਰੀ ਸੈਲਸੀਅਸ অপਸ਼ਨ 2 ਹੈ 37.6 ਡਿਗਰੀ ਸੈਲਸੀਅਸ অপਸ਼ਨ 3 ਹੈ 43.45 ਡਿਗਰੀ ਸੈਲਸੀਅਸ ਅਤੇ অপਸ਼ਨ 4 ਹੈ 46.70 ਡਿਗਰੀ ਸੈਲਸੀਅਸ ਸੋ ਰਾਈਟ ਅਨਸਰ ਹੈ অপਸ਼ਨ ਏ 45.50 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਜਿਹੜਾ ਹੈ ਉਹ ਅੰਮ੍ਰਿਤਸਰ ਜ਼ਿਲ੍ਹੇ ਦਾ ਪਾਇਆ ਗਿਆ ਹੈ ਜੋ ਕਿ ਸਭ ਤੋਂ ਵੱਧ ਰਹਿ ਹੁਣ ਤੱਕ ਦਾ ਨੈਕਸਟ ਹੈ 100 ਨੰਬਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ অপਸ਼ਨ 1 ਹੈ ਲੁਧਿਆਣਾ অপਸ਼ਨ 2 ਹੈ ਅੰਮ੍ਰਿਤਸਰ অপਸ਼ਨ 3 ਹੈ ਪਠਾਨਕੋਟ ਅਤੇ অপਸ਼ਨ 4 ਹੈ A ਅਤੇ B অপਸ਼ਨ ਸੋ ਰਾਈਟ ਅਸਰ D অপਸ਼ਨ ਲੁਧਿਆਣਾ ਅਤੇ ਅੰਮ੍ਰਿਤਸਰ ਦਾ ਜਿਹੜਾ ਟੈਂਪਰੇਚਰ ਹੈ ਉਹ ਸਭ ਤੋਂ ਘੱਟ ਨੋਟ ਕੀਤਾ ਗਿਆ ਹੈ ਸੋ ਅੰਮ੍ਰਿਤਸਰ ਦਾ ਜਿਹੜਾ ਟੈਂਪਰੇਚਰ ਹੈ ਉਹ 0 ਡਿਗਰੀ ਤੱਕ ਮਾਈਨਸ ਤੱਕ ਵਿੱਚ ਲੈ ਗਿਆ ਹੈ ਕਈ ਵਾਰ ਤਾਂ ਜਾਨੀ ਕਿ ਇੰਨਾ ਘੱਟ ਟੈਂਪਰੇਚਰ ਹੈ ਓਕੇ ਸੋ ਇਹਦੇ ਸਾਡੇ ਅੱਜ ਦੇ ਐਮਸੀਕਿਊ ਜੋ ਕਿ ਜੀਓਗ੍ਰਾਫੀ ਦੇ ਨਾਲ ਸੰਬੰਧਿਤ ਸੀ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹਿਣਗੇ ਸਭ ਨੂੰ ਕਾਫੀ ਕੁਝ ਜਿਹੜਾ ਸਿੱਖ ਨੂੰ ਮਿਲੂਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ so much